ਅਸਲਾਮੁਆਲਿਕੋ ਦੋਸਤੋ ਮੈਂ ਹਮਮਦ ਹਦੀਦ ਤੇ ਤੁਸੀਂ ਜਿਗਰਿਓ ਹਦੀਦ ਐਟੀ ਵੀ ਲੋਕ ਮੀਤ ਕਰਦਾ ਜੀ ਕਿ ਮੈਂ ਸਾਰੇ ਦੋਸਤ ਖੈਰੀਅਤ ਨਾਲ ਹੋਣਗੇ ਜੀ ਦੋਸਤੋ ਅੱਜ ਤੁਹਾਡੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਾਂਗੇ ਪਿਵਰ ਮਸ਼ੀਨ ਆਪਰੇਟ ਕਿਸ ਤਰ੍ਹਾਂ ਹੁੰਦੀ ਔਰ 에ਰ ਰੋਡ ਕਾਰਪਟ ਦਾ ਲੈਵਲ ਕਿਸ ਤਰ੍ਹਾਂ ਕਰਦੀ ਸਾਰੇ ਦੋਸਤਾਂ ਨਾਲ ਡਿਟੇਲ ਸ਼ੇਅਰ ਕਰਾਂਗੇ ਤੇ ਸਾਡੀ ਵੀਡੀਓ ਐਂਡ ਤੱਕ ਦੇਖਣੀ ਦੋਸਤੋ ਇਹ ਮਸ਼ੀਨ ਚਾਰਲੀ ਔਰ ਇੰਦੀ ਸਾਈਡਾਂ ਤੇ ਖੜੇ ਹੋਏ ਦੋ ਹੈਲਪਰ ਦੋਸਤੋ ਸਾਈਡਾਂ ਤੇ ਖੜੇ ਹੋਏ ਵਰਕਰ ਮਸ਼ੀਨ ਦੇ ਨਾਲ ਇਹਨਾਂ ਦੇ ਕੋਲ ਵੀ ਇੱਕ ਛੋਟੇ ਦੋ ਪੈਨਲ ਹੁੰਦੇ ਵਾ ਔਰ ਉੱਪਰ ਜਿਹੜੇ ਸਾਧਾ ਆਪਰੇਟ ਕਰ ਰਹੇ ਉਹਨਾਂ ਕੋਲ ਇੱਕ ਬੜਾ ਪੈਨਲ ਜਿਹੜਾ ਮੁਕੰਮਲ ਮਸ਼ੀਨ ਨੂੰ ਆਪਰੇਟ ਕਰਦਾ ਵਾ ਦੋਸਤੋ ਇਹ ਜਿਹੜਾ ਸਾਈਡ ਤੇ ਖੜਾ ਹੈ ਇਹਨੂੰ ਸਕਰੂ ਮੈਨ ਕਿਹਾ ਜਾਂਦਾ ਵਾ ਔਰ ਇਹ ਦੋਸਤੋ ਹੁਣ ਤੁਹਾਨੂੰ ਦਿਖਾਣੇ ਆ ਪੈਨਲ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਆਪਰੇਟ ਹੁੰਦਾ ਵਾ ਦੋਸਤੋ ਸਕਰੂ ਚੱਲ ਰਿਹਾ ਔਰ ਮਾਲ ਨਿਕਲ ਰਿਹਾ ਹੈ ਬਟਨ ਦਬਾਰਿਆ ਵਾ ਜਿਹੜਾ ਸਕਿਊ ਮੈਨ ਇਹ ਮਾਲ ਕਢੰਦਾ ਵਾ ਕਿ ਮਾਲ ਕਿੰਨਾ ਕਢਣਾ ਵਾ ਇਹ ਦੋਸਤੋ ਸਕਰੀਟ ਅੰਦਰ ਜਾਂ ਬਾਹਰ ਕਰਨ ਵਾਸਤੇ ਚੌੜਾਈ ਰੋਡ ਦੀ ਘਟਾਣੀਆਂ ਵਧਾਣ ਵਾਸਤੇ ਇਹ ਬਟਨ ਯੂਜ਼ ਕੀਤਾ ਜਾਂਦਾ ਵਾ ਔਰ ਇਹ ਉੱਪਰ-ਨੀਚੇ ਕਰਨ ਵਾਸਤੇ ਯਾਨੀ ਕਿ ਅਗਰ ਕੋਈ ਮਸਾਮਲ ਹੋਵੇ ਤੇ ਦੋਸਤੋ ਇਹ ਰੈੱਡ ਬਟਨ ਦਬਾ ਕੇ ਮਸ਼ੀਨ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਐਮਰਜੈਂਸੀ ਦੀ ਸੂਰਤ ਦੇ ਵਿੱਚ ਦੇ ਦੋਸਤੋ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਲੱਗਿਆ ਹੋਇਆ ਮਸ਼ੀਨ ਦੇ ਅੱਗੇ ਲੱਗਾ ਹੈ ਡੈਂਪਰ ਮਾਲ ਦਾ ਭਰਿਆ ਹੋਇਆ ਔਰ ਉੱਪਰ ਬੈਠੇ ਉਸਤਾਦ ਮਸ਼ੀਨ ਆਪਰੇਟ ਕਰ ਰਿਹਾ ਵਾ ਹੁਣ ਦੋਸਤੋ ਇਨਸ਼ਾਅੱਲਾ ਤੁਹਾਡੇ ਨਾਲ ਉੱਤੇ ਜਾ ਕੇ ਉੱਪਰ ਵਾਲੇ بڑے ਪੈਨਲ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਡਿਟੇਲ ਨਾਲ ਜੀ ਦੋਸਤੋ ਇਹ ਦੇਖੋ ਪਿੱਛੇ ਲੈਵਲ ਚੈੱਕ ਕੀਤਾ ਜਾ ਰਿਹਾ ਵਾ ਕਿ ਮਾਲ ਪੂਰਾ ਹੋਆ ਜਾਂ ਨਹੀਂ ਔਰ ਹਾਂ ਦੋਸਤੋ ਹੁਣ ਅਸੀਂ ਉੱਪਰ ਆ ਗਏ ਹਾਂ ਤੇ ਉੱਪਰ ਵਾਲੇ ਪੈਨਲ ਤੇ 우ਸਤਾਦ ਕਿਸ ਤਰ੍ਹਾਂ ਮਸ਼ੀਨ ਨੂੰ ਆਪਰੇਟ ਕਰ ਰਿਹਾ ਹੈ 우ਸਤਾਦ ਨਾਲ ਗੱਪਸ਼ਪ ਵੀ ਲਾ ਰਹੇ ਤੇ ਨਾਲ-ਨਾਲ ਤੁਹਾਨੂੰ ਆਪਰੇਟਿੰਗ ਦਾ ਤਰੀਕਾ ਵੀ ਦੱਸਾਂਗੇ ਇਹ ਕਟਾਈ ਵਾਸਤੇ ਦੋਸਤੋ ਇਹਦਾ ਸਟੀering ਵਾਸਤੇ ਸਟੀering ਯਾਨੀ ਕਿ ਇੱਕ ਵਾਲਿਊਮ ਟਾਈਪ ਦਾ ਇਹ ਇਧਰ ਜਾਂ ਉਧਰ ਨੂੰ ਮੋੜਨ ਵਾਸਤੇ ਇਹ ਹੀ ਯੂਜ਼ ਹੁੰਦਾ ਅਗਰ ਦੋਸਤੋ ਜ਼ਿਆਦਾ ਕਟਾਈ ਕਰਨੀ ਹੋਵੇ ਤੇ ਫਿਰ ਇਹ ਲਿਵਰ ਇਸਤੇਮਾਲ ਕੀਤਾ ਜਾਂਦਾ ਵਾ ਥੋੜੀ ਕਟਾਈ ਵਾਸਤੇ ਇਹ ਵਾਲਿਊਮ ਔਰ ਇਸ ਤੋਂ ਇਲਾਵਾ ਦੋਸਤੋ ਪੈਨਲ ਦੇ ਉੱਤੇ ਬਹੁਤ ਸਾਰੇ ਬਟਨ ਬਹੁਤ ਛੋਟੇ ਛੋਟੇ ਕਾਫੀ ਸਾਰੇ ਫੰਕਸ਼ਨ ਹਨ ਜੋ ਕਿ ਡਿਟੇਲ ਵਾਸਤੇ ਬਹੁਤ ਜ਼ਿਆਦਾ ਟਾਈਮ ਚਾਹੀਦਾ ਅੱਜ ਲਈ ਦੋਸਤੋ ਇੰਨਾ ਹੀ ਇਨਸ਼ਾਅੱਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਅੱਜ ਤੱਕ ਲਈ ਇੰਨਾ ਹੀ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਸਾਰੀ ਡਿਟੇਲ ਦੱਸਾਂਗੇ ਅੱਲਾਹ ਹਾਫਿਜ਼